ਐਫਐਮ 95 ਪੰਜਾਬ ਰੰਗ ਦੇ ਸਾਰੇ ਸੁਣਨ ਵਾਲੇ ਸਾਡੇ ਜਿਹੜੇ ਲਿਸਨਰਸ ਨੇ, ਸਾਡੇ ਜਿਹੜੇ ਸਰੋਤੇ ਨੇ ਉਹਨਾਂ ਦਾ, ਔਰ ਸੋਸ਼ਲ ਮੀਡੀਆ ਰਾਹੀਂ ਸਾਨੂੰ ਸਾਡੇ ਅਫੀਸ਼ੀਅਲ ਫੇਸਬੁੱਕ ਪੇਜ ਤੇ ਵੇਖਣ ਵਾਲੇ ਦਰਸ਼ਕਾਂ ਦਾ, ਨਾਜ਼ਰੀਨ ਦਾ ਇੱਕ ਵਾਰ ਫੇਰ ਬੜਾ ਨਿੱਘਾ ਜਿਹਾ ਸਵਾਗਤ ਹੈ ਬਾਬਾ ਗੁਰੂ ਨਾਨਕ ਦੇਵ ਜੀ ਦੀ ਧਰਤੀ ਨਨਕਾਣਾ ਸਾਹਿਬ ਤੇ। 550ਵੇਂ ਬਾਬਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਰੌਣਕਾਂ ਕੱਲ ਕਰਤਾਰਪੁਰ ਅਲਾਂਘੇ ਦੀ ਰਿਬਨ ਕਟਿੰਗ ਸੈਰੇਮਨੀ ਦੇ ਨਾਲ ਸਾਡੇ ਪ੍ਰਾਈਮ ਮਿਨਿਸਟਰ ਨੇ ਕਰ ਦਿੱਤੀਆਂ, ਔਰ ਉਸ ਤੋਂ ਬਾਅਦ ਹੱਲੇ ਮਾਰਦਾ ਪਿਆਰ ਦਾ ਮੁਹੱਬਤ ਦਾ ਉਹ ਹੜ ਜਿਹੜਾ ਰੁਕਿਆ ਪਿਆ ਸੀਗਾ, ਜਿਹੜਾ ਸਿਰਫ ਖਬਰਾਂ ਤੋਂ ਇੱਕ ਮਾੜਾ ਜਿਹਾ ਨਜ਼ਾਰਾ ਦਿੰਦਾ ਸੀਗਾ, ਉਹ ਇੱਕ ਰੋਡ ਤਰ੍ਹਾਂ ਆ ਗਿਆ। ਸੋ ਦੁਨੀਆ ਭਰ ਤੋਂ ਸਿੱਖ ਸੰਗਤਾਂ ਨੇ ਜਿਹੜੀਆਂ ਉਹ ਇਸ ਵੇਲੇ ਨਨਕਾਣਾ ਸਾਹਿਬ ਪਹੁੰਚ ਚੁੱਕੀਆਂ ਨੇ। ਇਹ ਮੇਰੀਆਂ ਤੋਂ ਬੜੀਆਂ ਪਿਆਰੀਆਂ ਦਲਾਰੀਆਂ ਜਿਹੀਆਂ ਆਂਟੀਆਂ ਜੀ, ਸਾਡੇ ਚੜ੍ਹਦੇ ਪੰਜਾਬ, ਸਾਡੇ ਨਾਲ ਦੇ ਪੰਜਾਬ ਤੋਂ ਆਈਆਂ ਨੇ। ਝੋਨਾ ਝਾਨਾ ਮੇਰਾ ਖਿਆਲ ਉੱਧਰ ਵੀ ਵਾਢੀ ਪਈ ਹੋਏਗੀ, ਸਾਡੇ ਦੇ ਇੱਥੇ ਪਈ ਹੈ, ਤੇ ਆਓ ਇਹਨਾਂ ਨਾਲ ਵਿਚਾਰ ਵਟਾਂਦਰਾ ਕਰਨੇ ਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਂ ਦੱਸੋ? ਸੁਰਿੰਦਰ ਕੌਰ ਜੀ। ਸੁਰਿੰਦਰ ਕੌਰ ਹੋਣਾ ਦਾ ਕਿੱਥੋਂ ਆਉਣਾ ਹੋਇਆ? ਕੋਟਕਪੂਰੇ ਤੋਂ। ਕੋਟਕਪੂਰੇ ਤੋਂ, ਵਾਹ 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 ਵਾਹ। ਤੇ ਅੱਜ ਵੀ ਉੱਥੇ ਉਹ ਜਿਹੜੇ ਮਿਊਜ਼ੀਕਲ ਇਨਸਟਰੂਮੈਂਟ ਨੇ ਉਹ ਬਣਦੇ ਨੇ, ਆ ਢੋਲਕੀ ਹਾਰਮੋਨੀਅਮ ਦਾ ਕੰਮ ਸ਼ਮ ਕਪੂਰ ਇਹ ਤੇ ਜਿਹੜਾ ਇਲਾਕਾ ਦੱਸਿਆ ਤੁਸੀਂ ਇਸ ਕੰਮ ਨੂੰ ਮਸ਼ਹੂਰ ਆ। ਹਾਂਜੀ। ਉੱਥੇ ਜੋ ਸੁਣਿਆ ਸੀ ਉਹਦੇ ਨਾਲੋਂ ਕੀ ਅੱਡ ਨਿਕਲਿਆ? ਅੱਡ ਸਾਡੇ ਭਾਅ ਦਾ ਤਾਂ ਕੁਛ ਨਹੀਂ ਨਿਕਲਿਆ ਗਾ, ਸਾਡੇ ਭਾਅ ਦਾ ਤਾਂ ਇੱਕ ਹੀ ਆ। ਵਾਹ। ਤੇ ਇੱਥੇ ਜਦੋਂ ਆਏ ਜੇ, ਜਦੋਂ ਬਾਜ਼ਾਰਾਂ 'ਚ ਸ਼ਾਪਿੰਗ ਕਰਨ ਜਾਂਦੇ ਜੇ, ਦੁਕਾਨਦਾਰ ਕਹਿੰਦਾ ਹੈ ਕਿ ਮਾਤਾ ਜੀ ਰਹਿਣ ਦਵੋ ਪੈਸੇ, ਆਪਣੀ ਹੀ ਹੱਟੀ ਹੈ, ਕੀ ਮਹਿਸੂਸ ਕਰਦੇ ਜੀ? ਹਾਂਜੀ, ਅਸੀਂ ਮਹਿਸੂਸ ਇਹੋ ਹੀ ਕਰਦੇ ਹਾਂ, ਸਾਨੂੰ ਜੀ ਆਇਆ ਕਹਿੰਦੇ ਆ, ਸਾਨੂੰ ਅਸੀਂ ਐਂ ਕਹਿੰਦੇ ਆ, ਸਾਡੇ ਮਹਿਮਾਨ ਆਏ ਆ, ਸਾਨੂੰ ਆਉਂਦੇ ਆ ਚਾਹ ਪਾਣੀ ਪੀਓ, ਬੈਠੋ, ਰੈਸਟ ਕਰੋ। ਇਹ ਜਿਹੜੀ ਅਪਣਾਈਅਤ ਜਿਹੀ ਹੈ, ਇੱਦਾਂ ਡੁੱਲ ਕੇ ਮਿਲਦੀ, ਉਹਦੇ 'ਚ ਤੁਹਾਡੇ ਅੰਦਰ ਜਿਹੜੇ ਜਜ਼ਬੇ ਨੇ ਉਹ ਕਿੱਦਾਂ ਜਾਗਦੇ ਨੇ, ਜ਼ਰਾ ਸ਼ਬਦਾਂ ਨਾਲ ਬਿਆਨ ਕਰਨਾ। ਹਾਂ, ਬਹੁਤ ਜ਼ਿਆਦਾ ਜਾਗਦੇ ਆ। ਕੀ ਹੁੰਦਾ ਉਹ ਜ਼ਰਾ ਦੱਸੋ ਨਾ ਕਿ ਅੰਦਰ ਕੀ ਅੰਗੜਾਈ ਕੀ? ਅੰਦਰ ਐ ਲੱਗਦਾ ਵਾ ਜਾਣ ਸਾਡੇ ਆਪਦੇ ਹੀ ਆ, ਸਾਡੇ ਆਪਦੇ ਆ। ਹਾਂ ਨਾ, ਸਾਨੂੰ ਕੋਈ ਫਰਕ ਨਹੀਂ ਲੱਗਦਾ ਗਾ, ਸਾਡੇ ਆਪਦੇ ਧੀਆਂ ਪੁੱਤ ਆ, ਆਪਦੇ ਭੈਣ ਭਰਾ ਹੈ, ਸਾਨੂੰ ਕੋਈ ਨਹੀਂ ਇਸ ਤਰ੍ਹਾਂ ਲੱਗਦਾ ਦੂਸਰਾ। ਕਿਆ ਬਾਤ ਹੈ। ਤੇ ਜਦੋਂ ਹੁਣ ਉਧਰ ਚੜ੍ਹਦੇ ਪਾਸੇ ਜਾਓਗੇ, ਜ਼ਾਹਰ ਹੈ ਦੁਪਹਿਰ ਨੂੰ ਬਹਿ ਕੇ ਮਟਰ ਵੀ ਕੱਢਣੇ ਆ, ਗਾਜਰਾਂ ਵੀ ਛਿਲਣੀਆਂ ਆ, ਆਲੂ ਵੀ ਧੋਣੇ ਆ, ਕਿਤੇ ਤੰਦੂਰੀ ਵੀ ਧੋਣੀ ਹੈ, ਤੇ ਫਿਰ ਆਂਢਣਾ ਗਵਾਂਢਣਾ ਚਾਰ ਇਕੱਠੀਆਂ ਦੇ ਹੋਣੀਆਂ। ਉਹਨਾਂ ਪੁੱਛਣਾ ਹੈ ਕਿ ਬਾਬੇ ਨਾਨਕ ਦੇ ਦਰਸ਼ਨ ਕਰਕੇ ਆਏ ਜੇ ਤੇ ਕੀ ਹੈ, ਇੱਥੋਂ ਦੀਆਂ ਕਿਹੜੀਆਂ ਗੱਲਾਂ ਜਿਹੜੀਆਂ ਲੈ ਕੇ ਚੱਲੇ ਜੇ ਤੇ ਉਧਰ ਦੱਸੋਗੇ? ਫਿਰ ਸਹੂਲਤਾਂ ਦੱਸਾਂਗੇ। ਦੱਸੋ ਇੱਕ ਵਾਰ ਸਾਡੇ ਜਿਹੜੇ ਦਰਸ਼ਕ ਔਰ ਸੁਣਨ ਵਾਲੇ ਨੇ ਉਹਨਾਂ ਨੂੰ, ਇਹਨਾਂ ਨੂੰ ਪੁੱਛੋ ਹੁਣ। ਮੈਂ ਪੁੱਛਣਾ ਜੀ। ਅੱਛਾ ਜੀ, ਉਰਾਜ ਤੇ ਮੇਰੇ ਲਾਗੇ ਥੋੜਾ ਜਿਹਾ ਹੋਵਾਂ, ਤੁਹਾਨੂੰ ਵਾਹਵਾ ਸਮਾਂ ਜਿਹੜਾ ਉਹ ਮੈਂ ਉਡੀਕ ਕਰਵਾ ਲਈ। ਅੱਛਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਆਪਣਾ ਨਾਂ ਕੀ ਹੈ? ਜੀ ਸੁਵਿੰਦਰ ਕੌਰ। ਤੇ ਆਪਣਾ ਆਉਣਾ ਵੀ? ਹਾਂ, ਕੋਟਕਪੂਰੇ ਤੋਂ। ਕੋਟਕਪੂਰੇ ਤੋਂ ਹੋਇਆ। ਅੱਛਾ, ਅੱਜ ਹੁਣ ਇੱਥੇ ਨਨਕਾਣਾ ਸਾਹਿਬ 'ਚ ਜਦੋਂ ਆਏ ਜੇ, ਪਹੁੰਚੇ ਜੇ, ਇੱਥੇ ਨਿੱਘ ਪਿਆਰ ਮਹਿਸੂਸ ਕਰ ਰਹੇ ਜੇ, ਸਭ ਕੁਛ ਵੇਖ ਰਹੇ ਜੇ, ਇਹ ਕੀ ਇੱਕ ਅਹਿਸਾਸ ਹੈ ਅੰਦਰ, ਇੱਥੇ ਪਾਕਿਸਤਾਨ ਦੀ ਧਰਤੀ ਤੇ, ਬਲਕਿ ਮੈਂ ਕਹਿੰਦਾ ਬਾਬੇ ਨਾਨਕ ਦੀ ਧਰਤੀ ਤੇ ਆ ਕੇ, ਕੀ ਅੰਦਰ ਕੀ ਗੱਲਾਂ ਨੇ ਜਿਹੜੀਆਂ ਛਾਲਾਂ ਮਾਰੀਆਂ, ਦੱਸੋ। ਹਾਂ, ਨਹੀਂ ਸ਼ਰਮ ਵਾਲੀ ਕੋਈ ਨਹੀਂ ਗੱਲ। ਨਹੀਂ ਨਹੀਂ ਛਾਲਾਂ ਜਿਹੜੀਆਂ ਮਾਰੀਆਂ ਉਹ ਗੱਲਾਂ ਦੱਸੋ। ਬਾਬੇ ਨਾਨਕ ਦੇ ਘਰੇ ਆਏ ਆ ਤੇ ਬਹੁਤ ਚਾਅ ਸਾਨੂੰ ਉਹਨਾਂ ਦੇ ਜਨਮ ਦਿਹਾੜੇ ਦਾ ਤੇ ਉਹਨਾਂ ਦੇ ਆਉਣ ਦਾ ਤੇ ਬਹੁਤ ਧੰਨਵਾਦ ਆ। ਅੱਛਾ, ਇਹ ਦੱਸੋ ਕਿ ਤੁਸੀਂ ਕਿੰਨੇ ਕੁ ਚਿਰ ਤੋਂ ਆਉਣ ਦੀ ਮਨ ਦੇ ਅੰਦਰ ਇੱਛਾ ਰੀਝ ਰੱਖਦੇ ਸੀਗੇ? ਪਹਿਲੀ ਵਾਰ ਆਉਣਾ ਹੋਇਆ? ਪਹਿਲਾਂ ਵੀ ਆਏ ਜੀ, ਚਾਰ ਵਾਰ ਆਏ ਆ। ਓ ਵੈਰੀ ਗੁੱਡ, ਮਤਲਬ ਚੌਥਾ ਫੇਰਾ, ਚੌਥਾ ਇਹ ਤਾਂ ਚੋਗਾ ਵੱਜ ਗਿਆ ਫੇਰ। ਅੱਛਾ, ਇਹ ਦੱਸੋ ਪਹਿਲਾਂ ਕਦੋਂ ਕਦੋਂ ਆਉਣਾ ਹੋਇਆ? ਅਸੀਂ ਹੋ ਗਏ ਆ 4 ਸਾਲ ਹੀ ਹੋ ਗਿਆ ਤੇ ਵਿੱਚ ਆ ਗਏ। ਇਹ ਮੈਨੂੰ ਦੱਸੋ ਕਿ ਪਹਿਲਾਂ ਗੁਰਦੁਆਰੇ ਨੇ ਜਿਹੜੇ, ਗੁਰੂ ਘਰ ਨੇ ਜਿਹੜੇ, ਉਹਨਾਂ ਦੀ ਸਾਂਭ ਸੰਭਾਲ ਪਾਕਿਸਤਾਨੀ ਸਰਕਾਰ ਵੱਲੋਂ ਕਿਹੋ ਜਿਹੀ ਸੀਗੀ, ਤੇ ਅੱਜ ਜਦੋਂ ਆਏ ਜੇ 4 ਵਰ੍ਹਿਆਂ ਬਾਅਦ, ਕੀ ਵੇਖ ਰਹੇ ਜੇ? ਡਿਵੈਲਪਮੈਂਟ ਦਾ ਕੰਮ ਇੱਥੇ ਜਿਹੜਾ ਉਪਰਾਲੇ ਕੀਤੇ ਗਏ ਨੇ ਉਸ ਬਾਰੇ ਕਿੰਨਾ ਕੁ ਫਰਕ ਆ ਤੇ ਕਿੰਨਾ ਕੁ ਵਧੀਆ? ਬਹੁਤ ਵਧੀਆ ਸਾਨੂੰ ਲੱਗਾ, ਬਹੁਤ। ਹਾਂਜੀ, ਬਹੁਤ ਵਧੀਆ, ਅੱਗੇ ਨਾਲੋਂ ਬਹੁਤ ਸੇਵਾ ਆਈ ਆ, ਸਾਨੂੰ ਕੋਈ ਕਮੀ ਨਹੀਂ ਰਹੀ। ਹਾਂਜੀ, ਬਹੁਤ ਵਧੀਆ, ਕੋਈ ਕਮੀ ਨਹੀਂ ਰਹੀ। ਕੀ ਬਾਤ ਹੈ। ਅੱਛਾ, ਆਖਰੀ ਗੱਲ, ਮੈਂ ਹੁਣ ਕਿਉਂਕਿ ਉਹ ਝੁਰਮਟ ਪੈ ਗਿਆ ਆ, ਮੈਂ ਤੁਹਾਡੇ ਨਾਲ ਵੀ ਗੱਲ ਕਰਨਾ ਆ, ਮੈਂ ਆਪਣੇ ਸੁਣਨ ਵਾਲਿਆਂ ਲਈ ਔਰ ਦੇਖਣ ਵਾਲਿਆਂ ਲਈ ਇਹ ਪੁੱਛਣਾ ਚਾਹਾਂਗਾ ਕਿ ਜਦੋਂ ਹੁਣ ਤੁਸੀਂ ਕੋਟਕਪੂਰੇ ਵਾਪਸ ਜਾਣਾ ਆ, ਕੀ ਜਾ ਕੇ ਦੱਸੋਗੇ ਉੱਥੇ, ਕੀ ਯਾਦ ਆ, ਕੀ ਗੱਲ ਆ? ਦੱਸਾਂਗੇ ਵੀ ਅਸੀਂ ਆਹ ਵੇਖ ਕੇ ਆਏ, ਆਹ ਦਰਸ਼ਨ ਕਰਕੇ ਆਏ, ਆਹ ਵੇਖਿਆ ਮਾਤਾ ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜੇ ਤੇ ਗਏ, ਬਹੁਤ ਖੁਸ਼ੀ ਮਿਲੀ। ਹਾਂਜੀ ਹਾਂਜੀ, ਰੇਲ ਨਹੀਂ ਲਾਈ ਤੁਸੀਂ, ਉਹ ਸਾਨੂੰ ਸਾਡਾ ਕਸ਼ਮੀਰ ਜਦੋਂ ਤੁਸੀਂ ਉਹਦਾ ਡੱਕ ਛੱਡਿਆ ਤੇ ਅਸੀਂ ਤਾਂ ਸਿਰਫ ਟ੍ਰੇਨ ਬੰਦ ਕੀਤੀ, ਫਿਰ ਲੈਣੇ ਦੇਣੇ ਤੇ ਪੈਂਦੇ ਨੇ। ਦੁੱਖ ਹੋਇਆ। ਹਾਂਜੀ, ਨਹੀਂ ਐ ਵੇਖੋ ਨਾ, ਬਾਰਡਰ ਤਾਂ ਨਹੀਂ ਤੁਰ ਕੇ ਆਏ ਜੇ, ਪੱਕੀ ਸੜਕ ਤਾਂ ਨਹੀਂ ਇਹ? ਅਸੀਂ 350, 450 ਤੇ ਆਏ, ਹੋਰ ਤੁਸੀਂ 1200 ਰੁਪਇਆ ਲੈ ਲੈ ਤੇ ਕੰਮ ਵੀ ਤਾਂ ਵਧੀਆ ਹੋ ਗਿਆ ਜਿਹੜਾ ਪਹਿਲਾਂ ਨਹੀਂ ਸੀ। ਹਾਂਜੀ, ਲਓ ਜੀ, ਇਹ ਹੱਸਦੇ ਖੇਡਦੇ ਸਿੱਖ ਯਾਤਰੀ ਪਾਕਿਸਤਾਨ 'ਚ ਪੇਫਿਰ ਦੇ ਪਿਆਰ ਦੀਆਂ ਗਵਾਹੀਆਂ ਦੇਣ ਡੇ ਨੇ। ਐਫਐਮ 95 ਪੰਜਾਬ ਰੰਗ ਵਾਸਤੇ ਮੈਂ ਸਾਂ ਮਸੂਦ ਮੱਲੀ, ਔਰ ਇੱਕ ਅਗਲੀ ਕਵਰੇਜ ਦੇ ਨਾਲ ਮਾਤਾ ਜੀ ਕਾਲੇ ਨੇ, ਇਹਨਾਂ ਦੇ ਨਾਲ ਗੱਲਬਾਤ ਆ ਜਿਹੜੀ, ਠੀਕ ਹੈ, ਕੁਛ 1 ਘੰਟੇ 55 ਮਿੰਟ ਬਾਅਦ ਤੁਹਾਡੇ ਵਾਸਤੇ ਪੇਸ਼ ਕਰਨੇ। ਟਿਊਨ ਰੱਖਿਆ ਜੀ ਐਫਐਮ 95 ਪੰਜਾਬ ਰੰਗ ਰੰਗ ਜ਼ਿੰਦਗੀ ਦੇ। ਮੈਂ ਸਾਂ ਤੁਹਾਡਾ ਪ੍ਰੋਡਿਊਸਰ ਮੇਜ਼ਬਾਨ ਮਸੂਦ ਮੱਲੀ, ਨਨਕਾਣਾ ਸਾਹਿਬ ਤੋਂ ਲਾਈਵ।